ਅਤੇ ਹੁਣ ਖਬਰਾਂ ਵਿਸਤਾਰ ਨਾਲ। ਅੰਮ੍ਰਿਤਸਰ ਵਿਖੇ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦ ਵੱਲਣ ਨੇੜੇ ਇੱਕ ਨਹਿਰ 'ਚ ਟਰਾਲੇ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਦਾ ਕਾਰਨ ਟਰੈਕਟਰ ਦਾ ਅਗਲਾ ਚੱਕਾ ਟੁੱਟਣ ਨੂੰ ਦੱਸਿਆ ਜਾ ਰਿਹਾ ਹੈ। ਚਸ਼ਮਦੀਦ ਮੁਤਾਬਕ ਘਟਨਾ ਸਵੇਰੇ 8:30 ਵਜੇ ਦੀ ਹੈ। ਟਰੈਕਟਰ 'ਚ 9 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 5 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਲੋਕ ਬਿਹਾਰ ਤੋਂ ਇੱਥੇ ਕੰਮ ਦੇ ਸਿਲਸਿਲੇ ਵਿੱਚ ਆਏ ਸਨ। ਜਿਹੜਾ ਵਿਅਕਤੀ ਗੰਭੀਰ ਤੌਰ 'ਤੇ ਜ਼ਖਮੀ ਹੈ ਉਹ ਇਹਨਾਂ ਦਾ ਸੁਪਰਵਾਈਜ਼ਰ ਹੈ। DCP ਅਮਰੀਕ ਸਿੰਘ ਪਵਾਰ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੇ ਅਤੇ ਉਹਨਾਂ ਕਿਹਾ ਹੈ ਕਿ ਘਟਨਾ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਟਰਾਲੀ ਆ ਰਹੀ ਸੀ ਆਪਣੀ ਇੱਧਰੋਂ, ਵਰਕਰੀ ਦੇ ਉੱਪਰ ਅੰਦਰ ਲੇਬਰ ਵਾਲੇ ਵਿਚਾਰੇ, ਅਤੇ ਉਹ ਬੈਰਿੰਗ ਟੁੱਟਣ ਕਰਕੇ ਥੋੜ੍ਹੀ ਜਿਹੀ ਉੱਪਰ ਟਰਾਲੀ ਪਲਟੀ ਗਈ। ਇਹ ਟੋਟਲ 9 ਜਣੇ ਜੀ, ਇੱਕ ਸੁਪਰਵਾਈਜ਼ਰੀ ਮੁੰਡਾ ਪੰਜਾਬੀ, ਇੱਕ ਬਾਕੀ MP ਦੇ ਸਾਰੇ ਚੰਦ, ਉੱਥੇ 5 ਦੀ ਹੋ ਗਈ ਜੀ, ਮਤਲਬ 1 ਜ਼ਖਮੀ ਹੈ। ਇਹ ਜੀ ਬੱਲੇ ਨਹਿਰ ਤੋਂ ਜਾਂਦਿਆਂ ਬੱਲੇ ਪਿੰਡ ਦੇ ਹੋਟਲ ਅੱਜ ਸਵੇਰੇ 8:15 ਵਜੇ ਮੈਸੇਜ ਆਇਆ ਸੀ ਕਿ ਬੱਲੇ ਨਹਿਰ 'ਚ ਟਰਾਲੀ ਦਾ ਐਕਸੀਡੈਂਟ ਹੋ ਗਿਆ। ਉਹ ਐਕਸੀਡੈਂਟ ਨਾਲ 9 ਅਤੇ ਲੋਕ ਸਨ ਜਿਹੜੇ ਕਿ ਉੱਥੇ ਟਰਾਲੀ ਦੇ ਆਉਂਗਾ ਕਿ ਨਹਿਰ ਡਿੱਗਣ ਨਾਲ 5 ਦੀ ਡੈਥ ਹੋ ਗਈ ਹੈ, ਜਿਹੜੇ ਕਿ ਉੱਥੇ ਮਿਕਸ ਪਲਾਂਟ ਉਹਦੇ ਵਿੱਚ ਲੇਬਰ ਦਾ ਕੰਮ ਕਰਦੇ ਸੀ। ਤਿੰਨਾਂ ਦੀ ਪਛਾਣ ਹੋਈ, 3 ਛੱਤੀਸਗੜ੍ਹ ਤੋਂ ਨੇ, 2 UP ਦੇ ਨੇ, ਔਰ ਡਰਾਈਵਰ ਅਤੇ ਨਾਲ ਸੁਪਰਵਾਈਜ਼ਰ ਜੋ ਕਿ ਟਰੱਕ 'ਤੇ ਬੈਠੇ ਸੀ ਉਸ ਬਿਲਕੁਲ ਠੀਕ ਨੇ। 2 ਹੋਰ ਵੀ ਮੁੰਡੇ, ਉਹ ਵੀ ਜਿਹੜੇ ਕਾਫੀ ਸੱਟਾਂ ਸੀ ਪਰ ਹੁਣ ਠੀਕ ਨੇ। ਅਤੇ 5 ਦੀ ਡੈਥ, ਡਰਾਈਵਰ ਦੇ ਕਹਿਣ ਮੁਤਾਬਕ ਉਹ ਆ ਰਹੇ ਸੀ ਪੱਟੜੀ 'ਤੇ, ਅਤੇ ਜਿਹੜਾ ਰਾਈਟ ਉਹਦਾ ਅਗਲਾ ਵੀਲ ਹੈ ਉਹਦਾ ਧੁਰਾ ਟੁੱਟ ਐਕਸਲ ਟੁੱਟਣ ਕਰਕੇ ਜਦੋਂ ਇੱਕਦਮ ਉਹ ਪਲਟ ਗਿਆ ਤਾਂ ਦੁੱਖ ਹੋ ਗਿਆ।